ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਵਰਲਡ ਅਪਡੇਟ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਹ ਸੰਕੇਤ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਮਾਈਕ ਜੌਨਸਨ ਨੇ ਦਿੱਤੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਰਿਪਬਲਿਕਨ ਜੋ ਬਾਈਡਨ ਵਿਰੁੱਧ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਲਈ ਜਲਦ ਹੀ ਰਸਮੀ ਤੌਰ ਤੇ ਵੋਟ ਕਰ ਸਕਦੇ ਨੇ ਤੁਹਾਨੂੰ ਦੱਸਿਆ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਾਬਕਾ ਸਪੀਕਰ ਕੈਵਨ ਮੈਕਾਰਥੀ ਖਿਲਾਫ ਮਹਾਦੋਸ਼ ਲਿਆ ਸਕਦੀ ਹੈ ਅਮਰੀਕੀ ਸਦਨ ਦੇ ਸਪੀਕਰ ਮਾਈਕ ਜੌਨਸਨ ਨੇ ਸੰਕੇਤ ਦਿੱਤੇ ਨੇ ਕਿ ਰਿਪਬਲਿਕਨ ਬਾਈਡਨ ਤੇ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਲਈ ਰਸਮੀ ਤੌਰ ਤੇ ਵੋਟਿੰਗ ਦੇ ਨੇੜੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਸਾਨੂੰ ਕੁਝ ਕਰਨਾ ਪਵੇਗਾ ਜੀਓਪੀ ਸੰਮੇਲਨ ਦੀ ਚੇਅਰ ਵੂਮੈਨ ਐਲਿਸਾ ਸਟੈਫਨਿਕ ਨੇ ਨਾਲ ਮਾਈਕ ਜੌਨਸਨ ਨੇ ਭਰੋਸਾ ਪ੍ਰਗਟਾਇਆ ਕਿ ਜਾਂਚ ਨੂੰ ਅਧਿਕਾਰਤ ਕਰਨ ਲਈ ਲੋੜੀਂਦੀਆਂ ਵੋਟਾਂ ਨੇ ਮਾਈਕ ਜੌਨਸਨ ਦਾ ਕਹਿਣਾ ਹੈ ਕਿ ਐਲਿਸ ਅਤੇ ਮੈਂ ਦੋਵਾਂ ਨੇ ਦੋ ਵਾਰ ਡੋਨਾਲਡ ਟਰੰਪ ਦੀ ਮਹਾਦੋਸ਼ ਰੱਖਿਆ ਟੀਮ ਦੇ ਵਿੱਚ ਸੇਵਾ ਕੀਤੀ ਸੀ ਤੋ ਅਨੁਦਾਰ ਸੀ ਕਿ ਕੇਵਨ ਮਹਕਾਰਥੀ ਨੇ ਦੋਸ਼ ਲਗਾਏ ਨੇ ਕਿ ਰਿਪਬਲਿਕਨ ਪਾਰਟੀ ਨੇ ਰਾਸ਼ਟਰਪਤੀ ਜੋ ਬਾਈਡਨ ਤੇ ਕਈ ਗੰਭੀਰ ਤੇ ਭਰੋਸੇਯੋਗ ਦੋਸ਼ਾਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਇਹ ਦੋਸ਼ ਜੋ ਬਾਈਡਨ ਦੇ ਬੇਟੇ ਹੰਟਰ ਬਾਇਨੇਡ ਦੇ ਵਿਦੇਸ਼ੀ ਕਾਰੋਬਾਰ ਨਾਲ ਸੰਬੰਧਿਤ ਨੇ ਹਾਲਾਂਕਿ ਜਾਂਚ ਦਾ ਘੇਰਾ ਅਜੇ ਸਪੱਸ਼ਟ ਨਹੀਂ ਹੈ ਉਦੋਂ ਰਾਸ਼ਟਰਪਤੀ ਜੋ ਬਾਈਡਨ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹਨਾਂ ਨੇ ਕਦੇ ਵੀ ਹੰਟਰ ਬਾਇਨੇਡ ਦੇ ਕਾਰੋਬਾਰੀ ਭਾਈਵਾਲਾਂ ਦੇ ਨਾਲ ਵਪਾਰ ਬਾਰੇ ਗੱਲਬਾਤ ਨਹੀਂ ਕੀਤੀ ਸਤੰਬਰ 2023 ਦੇ ਵਿੱਚ ਜਦੋਂ ਬਾਈਡਨ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਬਾਈਡਨ ਨੇ ਕਿਹਾ ਸੀ ਕੱਟੜਪੰਥੀ ਰਿਪਬਲਿਕਨ ਪਾਰਟੀ ਦੇ ਨੇਤਾ ਉਸ ਤੇ ਮਹਾਦੋਸ਼ ਲਗਾ ਕੇ ਸਰਕਾਰ ਨੂੰ ਡੇਗਣਾ ਚਾਹੁੰਦੇ ਨੇ ਦਰਅਸਲ ਰਿਪਬਲਿਕਨ ਪਾਰਟੀ ਦੇ ਨੇਤਾ ਕਈ ਮਹੀਨਿਆਂ ਤੋਂ ਜੋ ਬਾਇਡਨ ਤੇ ਉਹਨਾਂ ਦੇ بیٹے ਹੰਟਰ ਦੇ ਵਪਾਰਕ ਸੌਦਿਆਂ ਦੀ ਜਾਂਚ ਕਰ ਰਹੇ ਨੇ ਹੰਟਰ ਬਾਇਨੇਡ ਨੇ ਆਪਣੇ ਕਾਰੋਬਾਰੀ ਸੌਦਿਆਂ ਦੀ ਜਾਂਚ ਕਰਨ ਵਾਲੀਆਂ ਕਮੇਟੀਆਂ ਦੇ ਸਾਹਮਣੇ ਜਨਤਕ ਤੌਰ ਤੇ ਗਵਾਹੀ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਅਮਰੀਕਾ ਦੇ ਵਿੱਚ ਜੋ ਬਜ਼ੁਰਗਾਂ ਦੀ ਦੇਖਭਾਲ ਕਰਨਾ ਮਹਿੰਗਾ ਹੁੰਦਾ ਜਾ ਰਿਹਾ ਹੈ 올ਡ ਏਜ ਹੋਮ ਦਾ ਕਿਰਾਇਆ ਵਧ ਗਿਆ ਜਿਸ ਕਾਰਨ ਬਜ਼ੁਰਗ ਘਰ ਪਰਤ ਰਹੇ ਨਹੀਂ ਪਰ ਪੂਰੇ ਪਰਿਵਾਰ ਦੇ ਲਈ ਘਰ ਛੋਟੇ ਹੁੰਦੇ ਜਾ ਰਹੇ ਨੇ ਇਸੇ ਕਾਰਨ ਹੀ ਪਰਿਵਾਰ ਟੁੱਟ ਰਹੇ ਨੇ ਵਾਦੀ ਮਹਿੰਗਾਈ ਦੇ ਦਰਮਿਆਨ ਸਰਕਾਰੀ ਸਹਾਇਤਾ ਵੀ ਘਟ ਗਈ ਹੈ ਜੇਕਰ ਉਹ ਗਰੀਬੀ ਰੇਖਾ ਤੋਂ ਹੇਠਾਂ ਨਹੀਂ ਆਉਂਦੇ ਤਾਂ ਉਹਨਾਂ ਨੂੰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲਦੀ ਦੂਜੇ ਪਾਸੇ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਨਿਯੁਕਤ ਕੀਤੇ ਗਏ ਲੋਕਾਂ ਦੀਆਂ ਤਨਖਾਹਾਂ ਘਟ ਨਹੀਂ ਜਿਸ ਕਾਰਨ ਉਹ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਲਈ ਤਿਆਰ ਨਹੀਂ ਨੇ ਅਜਿਹੇ ਦੇ ਵਿੱਚ ਬਜ਼ੁਰਗ ਆਪਣੇ ਪਰਿਵਾਰ ਤੇ ਨਿਰਭਰ ਨੇ ਪਰ ਉਹ ਉਹਨਾਂ ਦੀ ਦੇਖਭਾਲ ਕਰਨ ਦੀ ਯੋਗ ਨਹੀਂ ਨੇ ਇੱਕ ਵਿਰਧ ਆਸ਼ਰਮ ਦੇ ਵਿੱਚ ਬਜ਼ੁਰਗਾਂ ਦੀ ਦੇਖਭਾਲ ਦਾ ਖਰਚਾ ਲਗਭਗ 2500 ਰੁਪਏ ਪ੍ਰਤੀ ਘੰਟਾ ਹੈ ਬਿਊਰੋ ਆਫ ਲੇਬਰ ਸਟੈਟਿਸ ਦੇ ਮੁਤਾਬਕ 2022 ਦੇ ਵਿੱਚ ਲਗਭਗ 3.7 ਮਿਲੇ ਲੋਕ ਕੋਲ ਦੇਖਭਾਲ ਸਹਾਇਕ ਵਜੋਂ ਨੌਕਰੀਆਂ ਕਰਦੇ ਸਨ ਇਹਨਾਂ ਦੇ ਵਿੱਚੋਂ ਅਧੇ ਪ੍ਰਤੀ ਸਾਲ 25 ਲੱਖ ਰੁਪਏ ਜਾਂ ਪ੍ਰਤੀ ਘੰਟਾ 1200 ਰੁਪਏ ਤੋਂ ਘੱਟ ਕਮਾ ਰਹੇ ਨੇ ਅਗਲੇ ਦਹਾਕਿਆਂ ਦੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵਿੱਚ 20% ਵਾਧਾ ਹੋਣ ਦੀ ਸੰਭਾਵਨਾ ਹੈ ਪਰ ਕੰਮ ਦੇ ਹਾਲਾਤ ਔਖੇ ਨੇ ਤਨਖਾਹਾਂ ਆਮ ਤੌਰ ਤੇ ਘੱਟ ਹੁੰਦੀਆਂ ਨੇ ਤੇ ਕੰਮ ਦੇ ਘੰਟੇ ਨਿਸ਼ਚਿਤ ਨਹੀਂ ਹੁੰਦੇ ਨਿਊਯਾਰਕ ਟਾਈਮਸ ਅਤੇ ਹੈਲਥ ਨਿਊਜ਼ ਦੇ ਸਰਵੇਖਣ ਦੇ ਮੁਤਾਬਕ 65 ਸਾਲ ਅਤੇ ਇਸ ਤੋਂ ਬਾਅਦ ਉਮਰ ਦੇ ਲਗਭਗ 8 ਮਿਲੀਨ ਅਮਰੀਕੀਆਂ ਨੂੰ ਅਲਜ਼ਾਈਮਰ ਹੈ ਅਜਿਹੇ 10 ਲੱਖ ਲੋਕਾਂ ਨੂੰ ਹੀ ਨਰਸਿੰਗ ਹੋਮ ਦੀ ਸਹੂਲਤ ਮਿਲੀ ਹੈ 30 ਲੱਖ ਬੇਸਹਾਰਾ ਨੇ ਇਟਲੀ ਦੇ ਕਰੇਮੋਨਾ ਜ਼ਿਲ੍ਹੇ ਦੇ ਕਸਵਾ ਵੇਸਕੋ ਵਾਤਾਵਿਕ ਵਿਖੇ ਸਥਿਤ ਪ੍ਰੋਸੈਸ ਮੀਟ ਦੀ ਫੈਕਟਰੀ ਦੇ ਵਿੱਚੋਂ 60 ਪੰਜਾਬੀ ਕਾਮੇ ਕੱਢੇ ਗਏ ਨੇ ਤੇ ਉਹ 16 ਅਕਤੂਬਰ ਤੋਂ ਧਰਨੀ ਤੇ ਬੈਠੇ ਹੋਏ ਨੇ ਇਹ ਕਾਮੇ 15-20 ਸਾਲਾਂ ਤੋਂ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਰਹੇ ਸੀ ਉਹਨਾਂ ਨੂੰ ਅਚਾਨਕ ਹੀ ਕੰਮ ਤੋਂ ਜਵਾਬ ਦੇ ਦਿੱਤਾ ਗਿਆ ਉਹਨਾਂ ਦੀ ਸੰਸਥਾ ਯੂਐਸਵੀ ਉਹਨਾਂ ਦੇ ਵੱਲੋਂ ਕਾਨੂੰਨੀ ਚਾਰਾ ਜੋਈ ਵੀ ਕਰ ਰਹੀ ਹੈ ਇਸੇ ਦੇ ਚੱਲਦਿਆਂ ਬੀਤੇ ਕੱਲ ਇਨ੍ਹਾਂ ਵਿਰਾਂਤ ਵੱਲੋਂ ਕਰੇਮੋਨਾ ਸ਼ਹਿਰ ਦੇ ਵਿੱਚ ਇੱਕ ਵਿਸ਼ਾਲ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਕੱਢਿਆ ਗਿਆ ਜਨ ਤੱਕ ਸਤਾ ਮੁਤਾਬਕ ਲੰਬਾਰਦੀਆ ਸੂਬੇ ਤੋਂ ਪੰਜਾਬੀ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਖੂਬ ਸਾਥ ਦਿੱਤਾ ਇਸ ਤੋਂ ਇਲਾਵਾ ਲੰਬਾਰਦੀਆ ਸੂਬੇ ਦੇ ਯੂਐਸਵੀ ਦੇ ਮੈਂਬਰਾਂ ਨੇ ਵੀ ਉਹਨਾਂ ਦਾ ਭਰਪੂਰ ਸਾਥ ਦਿੱਤਾ ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਹਨਾਂ ਵੀਰਾਂ ਦੀਆਂ ਸੋਸ਼ਲ ਮੀਡੀਆ ਦੀ ਵੀਡੀਓ ਦੇਖ ਕੇ ਹੋਰ ਭਾਈਚਾਰਿਆਂ ਜਿਵੇਂ ਕਿ ਅਰਬ ਕੰਟਰੀ ਦੇ ਲੋਕ ਵੀ ਇਸ ਮੁਜਾਹਰੇ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਰਬੀ ਭਾਈਚਾਰੇ ਦੇ ਵੀਰਾਂ ਨੇ ਇਸ ਗੱਲ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਕਿ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਣਾ ਸਾਡਾ ਅਧਿਕਾਰ ਹੈ ਅਸੀਂ ਤੁਹਾਡਾ ਸਾਥ ਦੇਣ ਦੇ ਲਈ ਆਏ ਹਾਂ ਇਸ ਵਿਸ਼ਾਲ ਪ੍ਰਦਰਸ਼ਨ ਦੌਰਾਨ ਪੰਜਾਬੀ ਭਾਈਚ ਤੇ ਯੂਐਸਵੀ ਸੰਸਦ ਦੇ ਵੱਲੋਂ ਪਹੁੰਚੇ ਵਕੀਲਾ ਤੇ ਮੁਖਿਆਨੇ ਮੁਜ਼ਾਹਰੇ ਦੇ ਵਿੱਚ ਪਹੁੰਚੇ ਲੋਕਾਂ ਨੂੰ ਮੁਖਾਤਬ ਹੁੰਦੇ ਕਿਹਾ ਕਿ ਉਹਨਾਂ ਦੇ ਹੱਕਾਂ ਲਈ ਜਾਗਰੂਕ ਹੋਣ ਦਾ 호ਕਾ ਦਿੱਤਾ ਹੈ ਆਂਧੇ ਦੇ ਵਿੱਚ ਪੰਜਾਬੀ ਵੀਰਾਂ ਨੇ ਮੁਜ਼ਾਹਰੇ ਦੇ ਵਿੱਚ ਹਿੱਸਾ ਲੈਣ ਦੇ ਲਈ ਦੂਰ ਨੇੜੇੋਂ ਪਹੁੰਚੇ ਸਾਰੇ ਸਾਰੇ ਭਾਈਚਾਰਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਇੰਡੋਨੇਸ਼ੀਆ ਦੇ ਵਿੱਚ ਜਵਾਲਾਮੁਖੀ ਫਟਣ ਕਾਰਨ 11 ਪਰਬਤ ਰੋਹੀਆਂ ਦੀ ਮੌਤ ਹੋ ਗਈ ਇਸ ਰੱਖਿਆ ਕਾਰਨ ਕਰਕੇ 12 ਹੋਰ ਲਾਪਤਾ ਲੋਕਾਂ ਦੀ ਭਾਲ ਅਸਥਾਈ ਤੌਰ ਤੇ ਰੋਕ ਦਿੱਤੀ ਗਈ ਸੀ ਖੋਜ ਤੇ ਬਚਾਅ ਦਲ ਦੇ ਬਲਾਰੇ ਜੋਰਡੀ ਹਰੀਆਵਰ ਨੇ ਕਿਹਾ ਕਿ 11 ਪਰਵਤ ਰੋਹੀਆਂ ਦੀਆਂ ਲਾਸ਼ਾਂ ਤੇ ਤਿੰਨ ਬਚੇ ਹੋਏ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ ਬੀਤੇ ਦਿਨ ਹੋਏ ਧੁਮਾਕੇ ਸਮੇਂ ਇਲਾਕੇ ਦੇ ਵਿੱਚ 75 ਲੋਕ ਮੌਜੂਦ ਸੀ ਬੀਤੇ ਦਿਨ ਨੂੰ 2891 ਮੀਟਰ ਉੱਚਜਵਾਲਾਮੁਖੀ ਫਟਿਆ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਅਲਰਟ ਨੂੰ ਉੱਚੇ ਪੱਧਰ ਤੇ ਵਧਾ ਦਿੱਤਾ ਤਿੰਨ ਵਾਸੀਆਂ ਦੀ ਆਵਾਜਾਈ ਵੀ ਰੋਕ ਦਿੱਤੀ ਵੀਡੀਓ ਫੁਟੇਜ ਦੇ ਵਿੱਚ ਦਿਖਾਇਆ ਗਿਆ ਕਿ ਜਵਾਲਾਮੁਖੀ ਦਾ ਰਾਖ ਦਾ ਵਿਸ਼ਾਲ ਪੂਰੇ ਸਮਾਨ ਦੇ ਵਿੱਚ ਫੈਲਿਆ ਹੋਇਆ ਤੇ ਕਾਰਾਂ ਤੇ ਸੜਕਾਂ ਸਵਾ ਦੇ ਨਾਲ ਟਕੀਆਂ ਪਈਆਂ ਨੇ 49 ਪਰਵਤ ਰੋਹੀਆਂ ਨੂੰ ਸੋਮਵਾਰ ਤੜਕੇ ਖੇਤਰ ਤੋਂ ਬਾਹਰ ਕੱਢਿਆ ਗਿਆ ਤੇ ਕਈਆਂ ਦਾ ਸੜਨ ਕਾਰਨ ਇਲਾਜ ਦਾ ਜਾ ਰਿਹਾ ਹੈ ਸਿਕਰੀਓਕੇ ਕਿ ਮਾਰਾਪੀ ਸਮੁਤਰਾ ਟਾਪੂ ਤੇ ਸਭ ਤੋਂ ਵੱਧ ਸਰਗਰਮ ਜਵਾਲਾ ਵੁਖੀ ਦੇ ਵਿੱਚੋਂ ਇੱਕ ਹੈ ਤੇ ਇਸ ਦਾ ਸਭ ਤੋਂ ਖਤਰਨਾਕ ਵਿਸਫੋਟ ਅਪ੍ਰੈਲ 1999 ਦੇ ਵਿੱਚ ਹੋਇਆ ਸੀ ਜਦੋਂ 60 ਲੋਕਾਂ ਦੀ ਮੌਤ ਹੋ ਗਈ ਸੀ ਇਸ ਸਾਲ ਜਨਵਰੀ ਤੇ ਫਰਵਰੀ ਦੇ ਵਿਚਕਾਰ ਫਟਿਆ ਤੇ ਸਿਖਰ ਤੋਂ ਲਗਭਗ 75 ਮੀਟਰ 1000 ਮੀਟਰ ਦੀ ਉਚਾਈ ਤੱਕ 183 ਜਵਾਲਾ ਮੁਖੀ ਏਜੰਸੀ ਮੁਤਾਬਕ ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੀ ਰਿੰਗ ਆਫ ਫਾਇਰ ਤੇ ਸਥਿਤ ਹੈ ਤੇ ਇਸ ਦੇ ਵਿੱਚ 127 ਸਰਗਰਮ ਜਵਾਲਾ ਮੁਖੀ ਨੇ ਉਦਰਾ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ ਪੈਰਿਸ ਦੇ ਵਿੱਚ ਆਈਫਲ ਟਾਵਰ ਨੇੜੇ ਇੱਕ ਹਮਲਾਵਰ ਨੇ ਕੁਝ ਪੈਦਲ ਚੱਲਣ ਵਾਲਿਆਂ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ ਫਰਾਂਸ ਦੇ ਗ੍ਰਹਿ ਮੰਤਰੀ ਗੈਰਾਲਡ ਦਰਮੇਨ ਨੇ ਕਿਹਾ ਕਿ ਮਾਦ ਪੈरिस ਦੇ ਵਿੱਚ ਆਇਫਲ ਟਾਵਰ ਦੇ ਨੇੜੇ ਇੱਕ ਹਮਲਾਵਰ ਨੇ ਪੈਦਲ ਚੱਲਣ ਵਾਲਿਆਂ ਤੇ ਹਮਲਾ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਮੰਤਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਤੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਪੈरिस ਦੇ ਕਵੇ ਡੇ ਗ੍ਰੇਨਲੇ ਦੇ ਆਸ-ਪਾਸ ਵਾਪਰੀ ਹੈ ਮੰਤਰੀ ਨੇ ਦੱਸਿਆ ਕਿ ਹਮਲੇ ਦੇ ਵਿੱਚ ਜ਼ਖਮੀ ਵਿਅਕਤੀ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਇਸੇ ਦੌਰਾਨ ਹੀ ਨਿਊਜ਼ ਏਜੰਸੀ ਨੇ ਇੱਕ ਸੂਤਰ ਦੇ ਹਵਾਲੇ ਦੇ ਨਾਲ ਕਿਹਾ ਹੈ ਕਿ ਹਮਲਾ ਕਰਨ ਵਾਲੇ ਸ਼ੱਕੀ ਨੇ ਅੱਲਾਹੁ ਅਕਬਰ ਦੇ ਨਾਰੇ ਲਾਏ ਹਾਲਾਂਕਿ ਨਿਊਜ਼ ਏਜੰਸੀ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਨਾਲ ਹੀ ਇੱਕ ਪੁਲਿਸ ਸੂਤਰ ਨੇ ਐਫਪੀ ਨੂੰ ਦੱਸਿਆ ਕਿ ਹਮਲਾਵਰ ਕਟੜਪੰਥੀ ਸਲਾਮ ਦਾ پیرੋਕਾਰ ਹੈ ਤੇ ਮਾਨਸਿਕ ਤੌਰ ਤੇ ਬਿਮਾਰ ਵੀ ਹੈ ਪਿਛਲੇ ਕਈ ਦਿਨਾਂ ਤੋਂ ਆਸਟ੍ਰੇਲੀਆ ਦੇ ਵਿੱਚ ਤੇਜ਼ ਹਵਾਵਾਂ ਮ ਬਿਜਲੀ ਚਮਕਣਾਂ ਤੇ ਹਲਕੇ ਤੋਂ ਦਰਮਿਆਨੇ ਮੀਂਹ ਕਾਰਨ ਅਤਿ ਦੀ ਗਰਮੀ ਦੇ ਵਿੱਚ ਮੌਸਮ ਖੁਸ਼ਕਬਾਰ ਬਣਿਆ ਹੋਇਆ ਹੈ ਸਵੇਰ ਤੋਂ ਹੀ ਚੱਲ ਰਹੀਆਂ ਤੇਜ਼ ਹਵਾਵਾਂ ਨੇ ਰਾਤ ਹੁੰਦਿਆਂ ਹੁੰਦਿਆ ਤੂਫਾਨ ਦਾ ਰੂਪ ਧਾਰਨ ਕਰ ਲਿਆ ਰਾਤ ਤਕਰੀਬਨ 8:30 ਵਜੇ ਤੇਜ਼ ਮੀਂਹ ਪੈਣ ਦੀ ਨਾਲ ਹੀ ਗੜੇਮਾਰੀ ਸ਼ੁਰੂ ਹੋ ਗਈ ਜਿਸ ਕਾਰਨ ਕੁਝ ਸਮੇਂ ਦੇ ਲਈ ਪੈਰਾਮਾਟਾ ਤੇ ਹੋਰ ਇਲਾਕਿਆਂ ਦੇ ਵਿੱਚ ਜਨਜੀਵਨ ਠੱਪ ਹੋ ਗਿਆ ਮੌਸਮ ਵਿਭਾਗ ਦੇ ਮੁਤਾਬਕ ਇਥੇ ਆਉਣ ਵਾਲੇ ਦਿਨਾਂ ਦੇ ਵਿੱਚ ਰੁਕ ਰੁਕ ਕੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਇਜ਼ਰਾਈਲ ਦੇ ਸਭ ਤੋਂ ਲੰਮੇ ਸਮੇਂ ਤੱਕ ਦੇ ਪ੍ਰਧਾਨ ਮੰਤਰੀ ਰਹੇ ਬੈਜਾਮਿ ਨੇਤਨਯਾਹੁ ਨੂੰ ਪ੍ਰਸ਼ਾਚਾਰ ਦੇ ਦੋਸ਼ਾਂ ਸਮੇਤ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉਹ ਹੁਣ ਆਪਣੇ ਸਿਆਸੀ ਕਰੀਅਰ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਨੇ ਸਰਕਾਰ ਦੇ ਵੱਲੋਂ 7 ਅਕਤੂਬਰ ਨੂੰ ਹਮਾਸ ਦੇ ਹਮਲੇ ਨੂੰ ਰੋਕਣ ਤੇ ਸਾਰੇ ਬੰਦਕਾਂ ਨੂੰ ਆਜ਼ਾਦ ਕਰਵਾਉਣ ਦੇ ਵਿੱਚ ناکਾਮ ਰਹਿਣ ਕਾਰਨ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਨੇਤਨਯਾਹੁ ਸਰਕਾਰ ਦੇ ਅੰਦਰ ਅਤੇ ਬਾਹਰ ਦੇ ਲੋਕਾਂ ਦਾ ਕਹਿਣਾ ਕਿ ਨੇਤਨਯਾਹੁ ਇਜ਼ਰਾਈਲੀ ਜਨਤਾ ਦੇ ਵਿੱਚ ਕਦੇ ਵੀ ਜ਼ਿਆਦਾ ਅਪ੍ਰਸਿੱਧ ਨਹੀਂ ਰਹੇ ਫਿਰ ਵੀ ਇਜ਼ਰਾਈਲ ਦੀ ਸੰਸਦੀ ਪ੍ਰਣਾਲੀ ਤੇ ਯੁੱਧ ਦੀ ਗੂੰਜਾਂ ਦਾਰਸ਼ਟਿਤੀ ਦੇ ਮੱਦੇਨਜ਼ਰ ਨੇਤਨਿਆਹੁ ਨੂੰ ਕਿਸੇ ਵੀ ਸਮੇਂ ਜਲਦੀ ਤੋਂ ਅਹੁਦੇ ਤੋਂ ਅਟਾਏ ਜਾਣ ਦੀ ਸੰਭਾਵਨਾ ਬਹੁਤ ਘੱਟਨੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਸ ਦੀ ਭਵਿੱਖ ਸਿਆਸੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਨੂੰ ਸੰਭਾਲਣ ਤੇ ਉਸ ਦੀ ਯੋਗਤਾ ਤੇ ਨਿਰਭਰ ਕਰਦੀ ਹੈ ਨੇਤਨੀ ਯਾਹੂ ਤੋਂ ਹਮਾਸ ਦੇ ਹਮਲੇ ਦਾ ਅੰਦਾਜ਼ਾ ਲਗਾਉਣ ਵਿੱਚ ਖੋਫੀਆ ਵਿਭਾਗ ਦੀ ਅਸਫਲਤਾ ਦੀ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਗਈ ਉਸ ਦੇ ਸੱਤਾਧਾਰੀ ਗੱਠ ਜੋੜ ਦੇ ਮੈਂਬਰ ਇਤਮਾਰ ਬੇਨ ਗਬੀਰ ਨੇ ਸਰਕਾਰ ਨੂੰ ਡੇਗਣ ਦੀ ਧਮਕੀ ਦਿੱਤੀ ਹੈ ਅਮਰੀਕਾ ਇਜ਼ਰਾਈਲ ਦੇ ਸਭ ਤੋਂ ਮਹੱਤਵਪੂਰਨ ਸਹਿਯੋਗੀ ਦੇ ਪ੍ਰਧਾਨ ਮੰਤਰੀ ਨੇ ਗਾਜ਼ਾ ਦੇ ਵਿੱਚ ਨਾਗਰਿਕ ਮੌਤਾਂ ਨੂੰ ਸੀਮਤ ਕਰਨ ਦੇ ਲਈ ਦਬਾਅ ਪਾਇਆ ਸੀ ਨੇਤਨੀ ਯਾਹੂ ਨੇ ਬੀਤੇ ਦਿਨ ਹੀ 7 ਦਿਨਾਂ ਦੀ ਜੰਗਬੰਦੀ ਖਤਮ ਹੋ ਤੋਂ ਬਾਅਦ ਗਾਜ਼ਾ ਦੇ ਵਿੱਚ ਹਮਾਸ ਦੇ ਚੋਟੀ ਦੇ ਨੇਤਾ ਦੀ ਹਤਿਆ ਸਮੇਤ ਕਈ ਵਿਕਲਪਾਂ ਦੀ ਪਰਚੋਲ ਕਰ ਰਿਹਾ ਹੈ ਅਜਿਹਾ ਕਰਕੇ ਉਹ ਆਪਣੇ ਗੱਠ ਜੋੜ ਤੇ ਮੈਂਬਰਾਂ ਤੇ ਜਨਤਾ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਨੇ ਇਜ਼ਰਾਈਲ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜੰਗ ਦੇ ਸਮਰਥਨ ਦੇ ਵਿੱਚ ਨੇ ਪਰ ਨੇਤਨ ਯਾਹੂ ਨੂੰ ਬੰਦ ਕਰ ਰਿਹਾਈ ਮਾਨਵਤਾਵਾਦੀ ਸਹਾਇਤਾ ਤੇ ਯੁੱਧ ਨੂੰ ਲੈ ਕੇ ਰਾਜਨੀਤਿਕ ਮਤ ਪੇਦਾ ਨੂੰ ਸੁਲਝਾਉਣਾ ਪਵੇਗਾ ਉਦਾਹਰਨ ਲਈ ਬੈਨ ਗਵੀਰ ਨੇ ਹਥਿਆਰਬੰਦੀ ਦੇ ਦੌਰਾਨ ਧਮਕੀ ਦਿੱਤੀ ਸੀ ਕਿ ਜੇਕਰ جنگ ਸ਼ੁਰੂ ਨਾ ਕੀਤੀ ਗਈ ਤਾਂ ਉਹ ਸਰਕਾਰ ਦਾ ਤਖਤਾ ਪਲਟ ਦੇਣਗੇ ਵੈਸੇ ਨੇ ਇਧਨ ਯਾਹੂ ਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਉਹ ਹਮਾਸ ਦੇ ਮੁਖੀ ਯਾਹਿਆ ਸਿਨਵਰ ਨੂੰ ਮਾਰਨ ਲਈ ਫੌਜ ਤੇ ਜੋਰ ਦੇ ਰਹੇ ਨੇ ਇਜ਼ਰਾਈਲ ਡਿਫੈਂਸ ਫੋਰਸਸ ਨੇ ਅਕਤੂਬਰ ਦੇ ਅਖੀਰ ਦੇ ਵਿੱਚ ਜ਼ਮੀਨੀ ਹਮਲੇ ਦੇ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਗਾਸਾ ਪੱਟੀ ਦੇ ਵਿੱਚ 800 ਤੋਂ ਵੱਧ ਸਰੰਗਾ ਲੱਭਣ ਦਾ ਦਾਵਾ ਕੀਤਾ ਹੈ ਆਈਡੀਐਫ ਨੇ ਕਿਹਾ ਕਿ ਇਹਨਾਂ ਦੇ ਵਿੱਚ ਲਗਭਗ 500 ਸਰੰਗਾਂ ਨੂੰ ਤਬਾਹ ਕਰ ਦਿੱਤਾ ਗਿਆ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਸਰੰਗਾਂ ਦੀ ਹਮਾਸ ਤੇ ਰਣਨੀਤਿਕ ਕੇਂਦਰਾਂ ਦੇ ਵਜੋਂ ਵਰਤੋਂ ਕੀਤੀ ਜਾਂਦੀ ਸੀ ਉਹਨਾਂ ਨੇ ਦੱਸਿਆ ਕਿ ਇਹਨਾਂ ਸਰੰਗਾਂ ਦੇ ਮੂੰਹ ਅਕਸਰ ਨਾਗਰਿਕ ਖੇਤਰਾਂ ਦੇ ਵਿੱਚ ਵਿਦਿਅਕ ਸੰਸਥਾਵਾਂ ਕਿੰਗਰ ਗਾਰਡ ਨਾ ਮਸਜਿਦਾਂ ਤੇ ਖੇਡ ਦੇ ਮੈਦਾਨਾਂ ਦੇ ਨੇੜੇ ਜਾਂ ਅੰਦਰ ਹੁੰਦੇ ਸਨ ਕੁਝ ਸਰੰਗਾਂ ਦੇ ਅੰਦਰੋਂ ਹਮਾਸ ਦੇ ਨਾਲ ਸੰਬੰਧਿਤ ਹਥਿਆਰ ਵੀ ਮਿਲੇ ਨੇ ਆਈਡੀ ਵਿਧਰਬੀ ਪਾਸ਼ਾ ਦੇ ਬਲਾਰੇ ਲੈਫਟੀਨੈਂਟ ਕਰਨਲ ਅਵਿਚਾਈ ਅਧਰਾਈ ਨੇ ਐਕਸ ਤੇ ਇੱਕ ਪੋਸਟ ਰਾਹੀਂ ਹਮਾਸ ਦੇ ਸਯਾ ਬਟਾਲੀਆ ਨੂੰ ਸਖਤ ਚੇਤਾਵਨੀ ਵਿditਤੀ ਹੈ ਅਧਰਾਈ ਨੇ ਸਯਾ ਬਟਾਲੀਆ ਦੇ ਕਮਾਂਡਰਾਂ ਦੀ ਇੱਕ ਫੋਟੋ ਸਾਂਝੀ ਕਰਦੇ ਹੋਏ ਐਲਾਨ ਕੀਤਾ ਹੈ ਕਿ ਆਖਰੀ ਨੋਟਿਸ ਹੈ ਤੁਸੀਂ ਸਾਰੇ ਨਿਸ਼ਾਨੇ ਤੇ ਹੋ ਹੋਦਰੇ ਯੂਏਈ ਦੇ ਵਿੱਚ ਹੋਈ ਗਲੋਬਲ ਕਲਾਈਮੇਟ ਕਾਨਫਰੰਸ ਇੱਕ ਮੀਲ ਪੱਥਰ ਸਾਬਿਤ ਹੋਈ ਹੈ ਕਾਨਫਰੰਸ ਦੇ ਵਿੱਚ ਦੁਨੀਆ ਭਰ ਦੀਆਂ ਇੱਕ ਦਰਜਨ ਤੋਂ ਵੱਧ ਪਰਉਪਕਾਰੀ ਸੰਸਥਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਇੱਕ ਪ੍ਰਮੁੱਖ ਗ੍ਰੀਨ ਹਾਊਸ ਗੈਸ ਮੀਥੇਨ ਦੇ ਨਾਲ ਨਜਿੱਠਣ ਦੇ ਲਈ ਤਿੰਨ ਸਾਲਾਂ ਦੇ ਵਿੱਚ 45 ਕਰੋੜ ਡਾਲਰ ਲਗਭਗ 3700 ਕਰੋੜ ਰੁਪਏ ਦਾ ਨਿਵੇਸ਼ ਕਰਨਗੇ ਇਸ ਦੇ ਵਿੱਚ ਬੇਜੋਸ ਅਰਥ ਫੰਡ ਬਲੂਮਰਗ ਫਲੈਂਥਰੋਪੀਸ ਤੇ ਸਕੋਈ ਕਲਾਈਮੇਟ ਫਾਊਂਡੇਸ਼ਨ ਸ਼ਾਮਲ ਨੇ ਇਸ ਸੰਸਥਾਵਾ ਗ੍ਰੀਨ ਹਾਊਸ ਗੈਸਾਂ ਨੂੰ ਪੜਾਵਾਰ ਤਰੀਕੇ ਦੇ ਨਾਲ ਘਟਾ ਕਰਨ ਦੇ ਵਿੱਚ ਤੇਜ਼ੀ ਲਿਆਉਣ ਦੇ ਵਿੱਚ ਮਦਦ ਕਰਨੀ ਹੈ 150 ਤੋਂ ਵੱਧ ਦੇਸ਼ਾਂ ਨੇ ਅਮਰੀਕਾ ਤੇ ਯੂਰਪੀ ਸੰਘ ਦੀ ਅਗਵਾਈ ਵਾਲੇ ਗਲੋਬਲ ਮੀਥੇਨ ਅਹਿ ਤਹਿਤ 2030 ਤੱਕ ਮੀਥੇਨ ਨਿਕਾਸੀ ਨੂੰ 2020 ਦੇ ਪੱਧਰ ਤੋਂ 30% ਘਟਾਉਣ ਦਾ ਵਾਅਦਾ ਕੀਤਾ ਹੈ ਨਾਸਾ ਦਾ ਅੰਦਾਜ਼ਾ ਹੈ ਕਿ ਅੱਜ ਤੱਕ ਲਗਭਗ 60% ਮੀਥੇਨ ਨਿਕਾਸੀ ਮਨੁੱਖੀ ਗਤੀਵਿਧੀਆਂ ਕਾਰਨ ਹੁੰਦੀ ਹੈ ਪਸ਼ੂ ਧਨ ਅਤੇ ਝੋਨੇ ਦੀ ਖੇਤੀ ਇਸ ਦਾ ਵੱਡਾ ਕਾਰਨ ਹੈ ਗਲੋਬਲ ਧਾਰਮਿਕ ਨੇਤਾਵਾਂ ਵਿਗਿਆਨੀਆਂ ਨੇ ਕਾਨਫਰੰਸ ਦੇ ਚੌਥੇ ਦਿਨ ਪਹਿਲੇ ਪੈਵੇਲੀਅਨ ਦਾ ਉਦਘਾਟਨ ਕੀਤਾ ਇਹ ਆਪਣੀ ਕਿਸਮ ਦਾ ਪਹਿਲਾ ਪੈਵੇਲੀਅਨ ਹੈ ਇਸ ਦੇ ਵਿੱਚ ਜਲਵਾਯੂ ਸੰਕਟ ਦੇ ਨਾਲ ਨਜਿੱਠਣ ਦੇ ਵਿੱਚ ਧਾਰਮਿਕ ਭਾਈਚਾਰਿਆਂ ਤੇ ਸੰਸਥਾਵਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ ਜਾਵੇਗੀ ਆਪਣੇ ਵੀਡੀਓ ਸੰਬੋਧਨ ਦੇ ਵਿੱਚ ਪੌਪ ਫ੍ਰਾਂਸਿਸ ਨੇ ਕਿ ਅੱਜ ਦੁਨੀਆ ਨੂੰ ਅਜਿਹੇ ਗੱਠ ਜੋੜਾਂ ਦੀ ਲੋੜ ਹੈ ਜੋ ਕਿਸੇ ਦੇ ਖਿਲਾਫ ਨਹੀਂ ਸਗੋਂ ਸਾਰਿਆਂ ਦੇ ਭਲੇ ਦੇ ਲਈ ਹੋਣ। ਉਧਰ ਪਾਕਿਸਤਾਨ ਦੇ ਵਿੱਚ ਘਟਗੰਤੀ ਪਾਈ ਜਾ ਰਹੀ ਹੈ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਹਾਲਤ ਇਹ ਹੈ ਤੁਹਾਨੂੰ ਪਤਾ ਹੀ ਹੈ ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਿੰਦੂ ਮੰਦਿਰ ਦੀ ਸਥਿਤੀ ਬਾਰੇ ਦੱਸਿਆ ਗਿਆ ਹੈ। ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਕਾਫੀ ਪੁਰਾਣਾ ਮੰਦਿਰ ਹੈ ਜਿਸ ਤੇ ਕਿਸੇ ਨੇ ਕਬਜ਼ਾ ਕਰਕੇ ਉਸ ਨੂੰ ਫਾਰਮ ਹਾਊਸ ਦੇ ਰੂਪ ਦੇ ਵਿੱਚ ਬਣਾ ਲਿਆ। ਮੰਦਿਰ ਦੇ ਵਿੱਚ ਪਸ਼ੂਆਂ ਅਤੇ ਜਾਨਵਰਾਂ ਦੇ ਲਈ ਘਰ ਬਣਾ ਦਿੱਤੇ ਗਏ ਨੇ। ਇਹ ਵੀਡੀਓ ਪਾਕਿਸਤਾਨ ਦੇ ਸਾਦਿਕਾਬਾਦ ਅਤੇ ਅਹਿਮਦਪੁਰ ਲੂਮਾ ਕਸਬੇ ਦੇ ਇੱਕ ਮੰਦਿਰ ਦੀ ਹੈ ਜਿਸ ਨੂੰ ਦੇਖ ਕੇ ਘਟਗਣਤੀ ਭਾਈਚਾਰੇ ਦੇ ਦਿਲਾਂ ਨੂੰ ਜ਼ਰੂਰ ਠੇਸ ਪਹੁੰਚੀ ਹੋਵੇਗੀ। ਇਸ ਤੋਂ ਪਹਿਲਾਂ ਵੀ ਅਕਾ ਕ੍ਰਿਸ਼ਨ ਮੰਦਿਰ ਨੂੰ ਮਦਰਸਾ ਅਤੇ ਮਸਜਿਦ ਦੇ ਵਿੱਚ ਬਦਲ ਦਿੱਤਾ ਗਿਆ ਸੀ ਪਾਕਿਸਤਾਨ ਦੇ ਵਿੱਚ। ਮੰਦਿਰਾਂ ਦੀ ਹਾਲਤ ਅਤੇ ਘਟਗਣਤੀ ਭਾਈਚਾਰੇ ਦੇ ਧਰਮ ਪਰਿਵਰਤਨ ਨੂੰ ਦਰਸਾ ਜਾ ਖਬਰਾਂ ਜਾਂ ਵਾਇਰਲ ਵੀਡੀਓਜ਼ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਇਹ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੰਦੇ ਉਹ ਮੰਦਰ ਮੰਦਰ ਦੇ ਵਿੱਚ ਮਜਾਂ ਬکریاں ਬਤਕਾਂ ਮੁਰਗੀਆਂ ਉਸ ਨੇ ਰੱਖੀਆਂ ਹੋਈਆਂ ਨੇ ਉਸ ਥਾਂ ਤੇ ਸਫਾਈ ਦਾ ਵੀ ਖਿਆਲ ਨਹੀਂ ਰੱਖਿਆ ਹੋਇਆ ਉਦਰੇ ਗਿਨੀ ਬਿਸਾਉ ਦੇ ਰਾਸ਼ਟਰਪਤੀ ਉਮਾਰੋ ਸਿਸੋਕੋ ਅੰਬੋਲੇ ਨੇ ਕਿਹਾ ਕਿ ਰਾਸ਼ਟਾਨੀ ਦੇ ਵਿੱਚ ਹੋਈ ਹਿੰਸਾ ਦੇਸ਼ ਵਿੱਚ ਤਖਤ ਦਾ ਪਲਟ ਕਰਨ ਦੀ ਕੋਸ਼ਿਸ਼ ਸੀ ਉਹਨਾਂ ਨੇ ਇਸ ਸਬੰਧੀ ਚੇਤਾਵਨੀ ਦਿੱਤੀ ਹੈ ਰਾਸ਼ਟਰਪਤੀ ਐਮਬਾਲੋ ਨੇ ਦਿਵਾਈ ਤੋਂ ਗਿਨੀ ਬਿਸਾਉ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ 1 ਦਸੰਬਰ ਦੀਆਂ ਘਟਨਾਵਾਂ ਦੇ ਵਿੱਚ ਤਖਤਾਂ ਪਲਟ ਦੀ ਇੱਕ ਹੋਰ ਕੋਸ਼ਿਸ਼ ਸੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਜਾਣਕਾਰੀ ਮੁਤਾਬਕ ਬਿਸਾਉ ਦੇ ਵਿੱਚ ਬੀਤੇ ਦਿਨ ਹੀ ਫੌਜ ਦੇ ਦੋ ਸਮੂਹਾਂ ਵਿਚਾਲੇ ਝੜਪਾਂ ਹੋਈਆਂ ਸੀ ਜੋ ਸ਼ੁੱਕਰਵਾਰ ਨੂੰ ਵੀ ਜਾਰੀ ਨਹੀਂ ਆ ਦੱਸਿਆ ਕਿ ਨੈਸ਼ਨਲ ਗਾਰਡ ਦੇ ਜਵਾਨਾਂ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਇੱਕ ਨੇਤਾ ਨੂੰ ਹਿ ਸੀ ਜਿਸ ਤੋਂ ਬਾਅਦ ਦੇ ਵਿੱਚ ਰਿਹਾ ਕਰ ਦਿੱਤਾ ਗਿਆ ਸੀ ਫੌਜ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਫਰੀਕੀ ਦੇਸ਼ ਗਿਨੀ-ਬਿਸਾਉ ਦੇ ਵਿੱਚ ਦੁਪਹਿਰ ਤੱਕ ਵਿਵਸਥਾ ਬਹਾਲ ਕਰ ਦਿੱਤੀ ਗਈ। ਗਿਨੀ-ਬਿਸਾਉ ਨੇ 1974 ਦੇ ਵਿੱਚ ਪੁਰਤਗਾਲ ਤੋਂ ਆਜ਼ਾਦੀ ਪ੍ਰਾਪਤ ਕੀਤੀ ਤੇ ਇੱਥੇ ਰਾਜ ਪਲਟੇ ਅਤੇ ਅਸ਼ਾਂਤੀ ਆਮ ਹੈ ਗਿਨੀ-ਬਿਸਾਉ ਦੇ ਵਿੱਚ ਇਸ ਤੋਂ ਪਹਿਲਾਂ ਵੀ ਤਖਤਾ ਪਲਟਦਿਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਫਰਵਰੀ 2022 ਦੇ ਵਿੱਚ ਐਮਬਾਲੋ ਨੂੰ ਉਖਾੜ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਸੀ। ਰਾਸ਼ਟਰਪਤੀ ਐਮਬਾਲੋ ਨੇ ਕਿਹਾ ਕਿ 1 ਫਰਵਰੀ 2022 ਨੂੰ ਅਸੀਂ ਅਜਿਹਾ ਹੀ ਦ੍ਰਿਸ਼ ਦੇਖਿਆ। ਸਾਨੂੰ ਗਿਨੀ-ਬਿਸਾਉ ਦੇ ਵਿੱਚ ਇਹਨਾਂ ਵੜਾ ਨੂੰ ਇੱਕ ਵਾਰ ਤੇ ਹਮੇਸ਼ਾ ਲਈ ਖਤਮ ਕਰਨ ਦੀ ਲੋੜ ਹੈ ਤੁਹਾਨੂੰ ਦੱਸਿਆ ਕਿ ਅੰਬਾਲਾ ਨੂੰ ਦਸੰਬਰ 2019 ਦੇ ਵਿੱਚ ਪੰਜ ਸਾਲਾਂ ਦੀ ਰਾਸ਼ਟਰਪਤੀ ਚੁਣਿਆ ਗਿਆ ਸੀ ਸੋ ਵਰਲਡ ਅਪਡੇਟ ਦੇ ਵਿੱਚ ਅਸਲੀ ਇਨਾ ਹੀ ਮੈਨੂੰ ਦਿਓ ਜੀ ਆਸਾਨ ਤਨਵਾਦ